ਇੱਕ ਜਗ੍ਹਾ ਤੁਹਾਨੂੰ ਮਾਨ ਜਿੱਥੇ ਅਸੀਂ ਸਾਰੀ ਰਾਤ ਸਪੈਂਡ ਸਾਰੇ ਕਹਿੰਦੇ ਨੇ ਸਾਰੇ ਸਾਰਾ ਸਮਾਂ 8:36 ਹੋ ਗਏ ਇਧਰੋਂ ਆਉਂਦੀ ਤੇ ਕਦੀ ਇਧਰੋਂ ਆਉਂਦੀ ਇਹ ਕਰੋ ਟਾਈਮ ਪੱਟੀ ਅਯੋ ਇਹਦੇ ਚੋਂ ਨਿਕਲਣਾ ਹੀ ਸੁੱਤੇ ਹੀ ਆਈਏ ਬੰਦ ਕਰਨਾ ਨਹੀਂ ਆਇਆ ਨਾ ਕੋਈ ਗੱਲ ਨਹੀਂ ਯਾਰ ਘਰ ਦੇ ਘੜੀ ਨਾ ਮੁੰਜੀਆਂ ਲੱਗਣਾ ਸ਼ੁਰੂ ਹੋ ਗਈਆਂ ਬਾਬਾ ਜੀ ਹਾਏ ਹਾਏ ਇਹ ਜੇ ਮੁੰਜੀਆਂ ਦੇ ਦਿਨਾਂ 'ਚ ਸਾਡਾ ਹੀ ਇੱਧਰ ਰੋਡ ਦੀ ਹਾਲਤ ਹੈ ਵੀ ਬੱਦਲ ਥੋੜ੍ਹੇ ਪਏ ਨੇ ਥੋੜ੍ਹੇ ਦਿਨਾਂ 'ਚ ਅੱਗ ਵੇਖਿਓ ਅੰਡ ਹੀ ਹੋਈ ਜਾਣੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਕੀ ਹਾਲ ਚਾਲ ਹੈ ਸਾਰਿਆਂ ਦਾ ਸਾਰੀ ਮੇਰੀ ਯੂਟਿਊਬ ਫੈਮਲੀ ਦਾ ਸਭ A1 ਫਿੱਟ ਫਾਟ ਹੋਣਾ ਟਾਈਮ ਤਕਰੀਬਨ ਸ਼ਾਮ 6 ਵਜੇ ਦਾ ਹੋ ਗਿਆ ਅਤੇ ਹੁਣ ਆਇਆ ਬਾਬਾ ਜੀ ਇੱਕ ਜਗ੍ਹਾ ਤੁਹਾਨੂੰ ਮਾਨਿਆ ਜਿੱਥੇ ਅਸੀਂ ਸਾਰੀ ਰਾਤ ਸਪੈਂਡ ਕਰਨੀ ਹੈ ਦੂਰ ਦੂਰ ਤੱਕ ਚਮਾਂ ਸਾਈਡਾਂ 'ਤੇ ਹੁਣ ਤਾਂ ਇਸ ਟਾਈਮ ਤੱਕ ਮੁੰਜੀ ਛੁੰਜੀ ਲਾਉਣ ਵਾਲੇ ਹੈ ਨਾ ਦੂਰ ਦੂਰ ਤੱਕ ਬਾਕੀ ਚਮਾਂ ਸਾਈਡਾਂ 'ਤੇ ਦੂਰ ਦੂਰ ਤੱਕ ਪਿੰਡ ਤੁਸੀਂ ਕੋਈ ਵੀ ਵਹਾ ਦਿਓ ਸਾਡਾ ਪਿੰਡ ਤਾਂ ਪੂਰਾ 1-2 ਕਿਲੋਮੀਟਰ ਦੂਰ ਚੱਕੜੇ ਹਜੇ ਵੀ ਨਹੀਂ ਲੱਭਦਾ ਇੰਨੇ ਜ਼ੂਮ ਤੋਂ ਬਾਅਦ ਹੀ ਅਤੇ ਬਾਕੀ ਅੱਜ ਇੱਥੇ ਰਹਿਣਾ ਅਸੀਂ ਸਰਵਾਈਵ ਕਰਨੀ ਹੈ ਸਾਰੀ ਰਾਤ ਸਰਵਾਈਵ 24 ਘੰਟੇ ਵਾਲਾ ਚੈਲੇਂਜ ਲਾ ਲਓ ਵਾਸਤੇ ਜਿਹੜਾ ਨਹੀਂ ਆਇਆ ਤੁਹਾਨੂੰ ਜਗ੍ਹਾ ਵਹਾਉਣ ਕਿ ਤੁਸੀਂ ਕਹੋ ਨਾ ਕਿ ਰਾਤ ਨੂੰ ਕਿ ਪਿੰਡ ਦੇ ਲਾਗੇ ਹੀ ਰਹਿ ਪਏ ਹਾਂ ਬਾਕੀ ਵਲੋਗ ਸ਼ੁਰੂ ਹੁੰਦੇ ਨਾ ਸਬਸਕ੍ਰਾਈਬ ਕਰ ਦਿਉ ਅਤੇ ਚੈਲੇਂਜ ਵੇਨੇ ਆ ਅੱਜ ਹੀ ਕੰਪਲੀਟ ਕਰ ਪਾਉਂਦੇ ਹਾਂ ਕਿ ਨਹੀਂ ਬਾਕੀ ਆਮ ਦੇ ਕੋਲੋਂ ਪੁੱਛਦੇ ਹਾਂ ਜਿਹੜੇ ਪਹਿਲਾਂ ਰਹਿੰਦੇ ਰਹਿੰਦੇ ਨੇ ਇੱਥੇ ਸਾਡੀ ਤਾਂ ਇੱਥੇ ਜ਼ਮੀਨ ਹੈ ਨਾ ਆਪਣੀ ਜ਼ਮੀਨ ਫੁੱਲ ਦੂਰ ਹੈ ਪਿੰਡ ਤੋਂ ਉੱਥੇ ਆਏ ਹਾਂ ਕਿ ਆਪਣੀ ਪਹਿਲੀ ਵੱਲ ਵੜਾਨ ਏਰੀਆ ਬਾਬਾ ਜੀ ਫੁੱਲ ਜੀਆਂ ਲੱਗਣੀਆਂ ਨਾ ਉਦੋਂ ਹੀ ਥੋੜ੍ਹਾ ਜਿਹਾ ਰਸ਼ ਹੁੰਦਾ ਉਹ ਵੀ ਦਿਨੇ ਦਿਨੇ ਰਾਤੀ ਨਹੀਂ ਐਡਾ ਬਾਕੀ ਹਾਂਜੀ ਕੋਈ ਆਇਆ ਆਪਣੀ ਪੈਰੀ ਵੇਖਣ ਤੇ ਆਇਆ ਨਹੀਂ ਤੇ ਨਹੀਂ ਤੇ ਸਭ ਤੋਂ ਪਹਿਲਾਂ ਕੇ ਜਗ੍ਹਾ ਵਹਾਨੇ ਆ ਨਾ ਤਾਜ਼ਾ ਤਾਜ਼ਾ ਕਰ ਦਿਓ ਅੱਜ ਅਸਲਾਮ ਅਲੈਕੁਮ ਕੈਫੀ ਸਾਹਿਬ ਕੀ ਹਾਲ ਹੈ ਤੁਸੀਂ ਇੱਥੇ ਕੀ ਫੇਰਦੇ ਹੋ ਗਲੀ ਸਾਹਿਬ ਕੀ ਹਾਲ ਜੀ ਮੁੰਜੀ ਦੀ ਲਵਾੜ ਹੈ ਆਹੋ ਕਿੰਨੀ ਲਵਾਈ ਦੇ ਕਿੱਲਾ ਲੜਦੀ ਹੈ ਹਾਂ ਤੂੰ ਤਾਂ ਲੜਦੀ ਆਈ ਇੱਥੇ ਚੈਲੰਜ ਕਰਨ ਲੱਗਿਆ ਰਹਿਣਾ ਜੀ ਸਾਰੀ ਰਾਤ ਸਾਰੀ ਰਾਤ ਰਹਿਣਾ ਇੱਥੇ ਇਸ ਜਗ੍ਹਾ ਤੇ ਪਾਗਲ ਹੋ ਗਏ ਕੀ ਕਿਉਂ ਇਹਦੇ ਵਿੱਚ ਕਿਹੜੀ ਭਾਗਣਾ ਨਹੀਂ ਗੱਲ ਸਾਡੇ ਬਜ਼ੁਰਗ ਵੀ ਤੇ ਰਹਿੰਦੇ ਹੁੰਦੇ ਹਨ ਪਬਲਿਕ ਵਾਸਤੇ ਇੱਕ ਚੈਲੰਜ ਲਿਆਂਦਾ ਠੀਕਾ ਖਾਣਾ ਵੀ ਨਹੀਂ ਕੁਝ ਖਾਣਾ ਤੇ ਹੈ ਨਾ ਕੁਝ ਨਹੀਂ ਨਹੀਂ ਅਸੀਂ ਨਹੀਂ ਅਸੀਂ ਪਹਿਲਾਂ ਜੋ ਵੀ ਲਿਆਉਣਾ ਪਹਿਲਾਂ ਹੀ ਲੈਣਾ ਹਲੇ ਸ਼ੁਰੂ ਨਹੀਂ ਹੋਇਆ ਹਜੇ ਨਹੀਂ ਸ਼ੁਰੂ ਹੋਇਆ ਮਤਲਬ ਰਾਤ ਸ਼ੁਰੂ ਹੋਣੀ ਹੈ ਤੇ ਫੇਰ ਸ਼ੁਰੂ ਹੋਣਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਸਾਨੂੰ ਇੱਥੇ ਸਾਰੇ ਕਹਿੰਦੇ ਨੇ ਸਾਰੇ ਕਹਿੰਦੇ ਨੇ ਜਿੰਦੇ ਨੇ ਭੂਤਕਾਰ ਇੱਥੇ ਹਾਂ ਨਹੀਂ ਭੂਤਕਾਰ ਕੋਈ ਨਹੀਂ ਇੱਥੇ ਲੱਗ ਜਾਏਗਾ ਪਤਾ ਜੋ ਵੀ ਲੱਗ ਜਾਏਗਾ ਚਲੋ ਕੋਈ ਵੀ ਨਹੀਂ ਅੱਲਾ ਖੈਰ ਕਰੇਗਾ ਇਨਸ਼ਾਅੱਲਾ ਇਹ ਜੀ ਆਪਣਾ ਡੇਰਾ ਇੱਥੇ ਅੱਜ ਰਾਤ ਗੁਜ਼ਾਰਨੀ ਆ ਇੱਥੇ ਸਾਫ਼ ਹੋਇਆ ਅੱਜ ਕੱਲ੍ਹ ਨਹੀਂ ਤਾਂ ਫੁੱਲ ਗੰਦਾ ਹੁੰਦਾ ਇਹ ਸਾਹਮਣੇ ਆਪਣੀ ਪੈਲੀ ਉਹ ਵੀ ਪੀਟਰ ਚੱਲਦਾ ਪਿਆ ਆਪਣਾ ਉਹ ਹੀ ਨਾਲ ਹੀ ਹੋਣਾ ਲਾਇਆ ਪਾਣੀ ਮਤਲਬ ਇਹਨਾਂ ਵੀ ਇੱਥੇ ਜ਼ਮੀਨ ਲਈ ਹੈ ਨਾ ਅਤੇ ਇੱਥੇ ਆਪਣੀ ਇੱਥੋਂ ਲੈ ਕੇ ਨਾ ਉਹ ਕਿੱਕਰ ਤੱਕ ਜ਼ਮੀਨ ਆਪਣੀ ਨਹੀਂ ਨਹੀਂ ਇਹ ਨਹੀਂ ਇਹ ਜਿੱਥੇ ਜਿੱਥੋਂ ਤੱਕ ਤੁਸੀਂ ਤੁਹਾਡੀ ਦੂਰ ਦੂਰ ਤੱਕ ਨਜ਼ਰ ਜਾਂਦੀ ਹੈ ਨਾ ਬਈ ਆਪਣੀ ਹੋਈ ਹੈ ਆਹੋ ਵੀ ਜ਼ਮੀਨ ਆਪਣੀ ਹੋਈ ਪਲਾਜ਼ੇ ਖੜੇ ਕਰਨੇ ਨੇ ਤੇ ਇਸ ਜਗ੍ਹਾ ਤੇ ਅਸੀਂ ਜਿਹੜਾ ਨਹੀਂ ਅੱਜ ਰਾਤੀ ਰਹਿਣਾ ਅੱਜ ਤੇ ਕਿੰਨੀ ਦੂਰ ਹੈ ਪਿੰਡ ਤੋਂ ਇਹ ਵੇਖ ਲਓ ਚਮਾਂ ਸਾਡਾ ਤੇ ਕੋਈ ਪਿੰਡ ਨਹੀਂ ਨਜ਼ਦੀਕ ਹੈ ਵੇਖ ਸਕਦੇ ਹੋ ਇਹ ਬਸ ਮੈਂ ਹੁਣ ਇਸ ਲਈ ਆਇਆ ਕਿ ਤੁਹਾਨੂੰ ਜਾ ਕੇ ਵਹਾ ਸਕਾਂ ਕਿ ਕਿੰਨੀ ਦੂਰ ਹੈ ਪਿੰਡ ਤੋਂ ਉਹ ਸਾਡਾ ਪਿੰਡ ਦੂਰ ਦੂਰ ਤੱਕ ਨਹੀਂ ਲੱਭਦਾ ਹੋਣਾ ਇੱਕ ਮਿੰਟ ਫੁੱਲ ਜ਼ੂਮ ਜੇ ਤੇ ਫੇਰ ਸਾਡਾ ਪਿੰਡ ਥੋੜ੍ਹਾ ਜਿਹਾ ਲੱਭਿਆ ਉਹ ਵੀ ਉਹ ਕਾਰਡ ਵੇਖੋ ਉਹ ਆਪਣਾ ਪਿੰਡ ਇੱਥੇ ਰਹਿਣਾ ਕਿੰਨੇ ਕਿੰਨੇ ਮੈਂ ਅੱਜ ਰਾਤ ਇਹ ਚੀਜ਼ ਨਹੀਂ ਹੋਏਗੀ ਕਿ 2 ਘੰਟੇ ਵੀਡੀਓ ਬਣਾ ਕੇ ਤੇ ਵਾਪਸ ਪਿੰਡ ਸੁਬਹਾ ਤੱਕ ਅਸੀਂ ਵੇਖਦੇ ਜਾਓਗੇ ਬਾਕੀ ਵਿਹਨੇ ਰਹਿਣ ਸਹਿਣ ਮਤਲਬ ਕਿ ਕਿਹਦੇ 'ਚ ਹੁੰਦਾ ਅਤੇ ਕੌਣ ਕੌਣ ਰਹਿੰਦੇ ਹਾਂ ਫਿਲਹਾਲ 2 ਬੰਦੇ ਅਤੇ ਪੱਕੇ ਹਾਂ ਮੈਂ ਅਤੇ ਪੱਟੀ
ਤੇ ਮੈਂ ਕਿਹਾ ਥੋੜਾ ਜਿਹਾ ਐਡਵੈਂਚਰ ਹੋਈਏ, ਦੌੜਿਆ ਨਹੀਂ ਜਾਣਾ, ਆਲੇ ਵਾਲੇ ਕੱਦ ਨੇ, ਆਲੇ ਵਾਲੇ ਕੱਦ ਨੇ, ਦੌੜਿਆ ਵੀ ਨਹੀਂ ਜਾਣਾ, ਚਿੜੀਆਂ ਨੇ ਅਜੇ ਕੋਈ ਪਤਾ ਨਹੀਂ ਲੱਗਣਾ, ਗਿੱਦਰਾਂ ਛਿੱਦਰਾਂ ਦਾ, ਗਿੱਦਰ ਫੁੱਲ ਆਮ ਨੇ। ਸ਼ਾਮ ਹੋਣ ਤੋਂ ਪਹਿਲਾਂ ਗਿੱਦਰ ਸਾਡੇ ਪਿੰਡ ਦੇ ਕਰੀਬ ਆ ਗਏ, ਪਿੰਡ ਪਿਛਲੇ 2 ਦਿਨਾਂ ਤੋਂ ਸ਼ਿਕਾਰ ਹੋਇਆ ਪਿੰਡ ਦੇ, ਆਹ ਪਿੰਡ ਦੇ ਨਾਲ ਹੀ ਬਾਹਰਲੇ ਦਾ। ਤੇ ਬਾਕੀ ਹੁਣ ਚੱਲਨੇ ਆ ਜਗ੍ਹਾ ਏ, ਜਾ ਕੇ ਵੇਖਦੇ ਆ ਜੋ ਵੀ ਹਿਸਾਬ ਕਿਤਾਬ ਲਾਉਣੇ ਹੋਣੀ ਆ। ਮਗਰਬ ਦੀ ਜਾਨ ਤੇ ਤੁਹਾਨੂੰ ਇੱਥੇ ਕੋਈ ਨਜ਼ਰ ਤੱਕ ਨਹੀਂ ਆਉਣਾ, ਬਸ ਸਹੀ ਹੋਣਾ, ਵੇਖੀ ਜਾਓ ਹੁੰਦਾ ਕੀ। ਸ਼ਾਮ ਹੋਣ ਤੋਂ ਪਹਿਲਾਂ ਆਵਾਂਗੇ ਤੇ ਸੁਬਹਾ ਤੱਕ ਰਹਿਣਾ ਇੱਥੇ। ਕੀ ਯਾਦ ਕਰਾ ਹਰੇ ਜਵਾਨਾਂ, ਜੁੱਟ ਬਣਾਇਆ ਹੁੰਦਾ ਸੀ ਆਪਣਾ ਮੁੰਜੀ ਲਾਉਣ ਦਾ, ਅਤੇ ਪਿੱਛੇ ਜਣੇ ਹੁੰਦੇ ਹਨ, ਅਤੇ ਆਉਣ ਤੋਂ ਪਹਿਲਾਂ ਲਾਭ ਧੋਨੇ ਹੁੰਦੇ ਹਾਂ ਅਤੇ ਪੈਸੇ ਕਮਾਉਂਦੇ ਹੁੰਦੇ ਹਾਂ, ਉਦੋਂ ਸ਼ੌਕ ਹੁੰਦਾ ਸੀ। ਅਤੇ ਉਂਝ ਆਪਣੀ ਵੀ ਮੁੰਜੀ ਲਾਉਣੀ ਹੁੰਦੀ ਸੀ, ਅਤੇ ਮੁੰਜੀਆਂ ਸ਼ੁਰੂ ਹੋ ਗਈਆਂ, ਆਪਣੀ ਮੁੰਜੀ ਕਿੱਦਾਂ ਲੱਗਦੀ ਉਹ ਵੀ ਤੁਹਾਨੂੰ ਦੱਸਣਾ ਮੈਂ ਸ਼ੇਅਰ ਕਰਾਂਗਾ ਇਨਸ਼ਾਅੱਲਾ। ਅਤੇ ਪਹਿਲਾਂ ਅੱਜ ਦਾ ਜਿਹੜਾ ਕੰਮ ਹੈ ਉਹ ਮਕਾਨ ਨਾਲ ਜਿਹੜਾ ਬੰਦਾ ਇੱਕ ਪੱਕਿਆ ਨਾ ਭੱਟੀ, ਬਾਕੀ ਜਾ ਕੇ ਵੇਖਦੇ ਹਾਂ ਕੋਈ ਆਉਂਦਾ ਅਤੇ ਕਿੰਨੀ ਦੇਰ ਤੱਕ ਰਹਿੰਦਾ। ਇਹ ਵੀ ਹੋਣਾ ਇਨਾਮ ਰੱਖਾਂਗੇ ਕੋਈ ਬਾਬਾ ਜੀ, ਇਸ ਚੈਲੇਂਜ ਮੈਂ ਸਰਕਾਰ ਇਨਾਮ ਵੀ ਰੱਖੇ ਹੈ। ਹਾਂਜੀ ਚੱਲ ਫਿਰ ਪੀਟਰ ਚੱਲੇ ਨੇ ਅੱਜ ਕੱਲ੍ਹ ਸਾਰੇ, ਪੀਟਰ ਬਾਕੀ ਤੂੰ ਚੱਲਦੇ ਨੇ ਜ਼ਿਆਦਾ ਜਦੋਂ ਮੁੰਜੀਆਂ ਦਾ ਟਾਈਮ ਹੋਇਆ। ਬਾਕੀ ਚੈੱਕ ਕਰੋ ਰੋਡ ਤੇ ਚਵਾਂ ਸਾਡਾ ਤੇ ਦੂਰ ਦੂਰ ਤੱਕ ਕੋਈ ਵੀ ਨਹੀਂ ਹੋਣਾ ਸਾਡੇ। ਬਸ ਘਰ ਆ ਗਏ ਜੀ, ਇੱਥੇ ਹੁਣ ਵੇਹਨੇ ਆ ਸਮਾਨ ਸਮੂਨ ਜੋ ਵੀ ਚਾਹੀਦਾ ਸਾਰਾ ਪੂਰਾ ਕਰਨੇ ਆ। ਅਬੂ ਜੀ ਕੀ ਹਾਲ ਹੈ, ਠੀਕ ਠਾਕ ਹੋ? ਫਿਟ ਵਾਟ ਡੋਲੇ ਛੋਲੇ ਜ਼ਰੂਰ ਵਹਾਣੇ ਹੁੰਦੇ ਨੇ, ਤੁਸੀਂ ਪਤਾ ਤੁਸੀਂ ਜਿੰਮ ਲਾਉਂਦੇ ਰਹੇ ਜਵਾਨੀ 'ਚ, ਡੋਲੇ ਛੋਲੇ ਵਹਾਣ ਲੱਗ ਪਏ ਹੋ ਹੁਣ ਮਾਮ ਨੂੰ, ਅਤੇ ਉਹਦਾ ਨਾਂ ਕੀ ਲਈਦਾ, ਰੋਹੀ ਰਹਿਣਾ ਸੀ ਸਾਰੀ ਰਾਤ ਉੱਥੇ ਡੇਰੇ। ਕਿਉਂ? ਹਾਂਜੀ ਚੈਲੰਜ ਕਰਨਾ, ਚੈਲੰਜ ਪਬਲਿਕ ਨਾਲ, ਹਾਂਜੀ ਚੈਲੰਜ, ਬਸ ਉੱਥੇ ਰਹਿਣਾ, ਉੱਥੇ ਰਹਿਣਾ ਚਾਹੀਦਾ ਕਿ ਨਹੀਂ? ਫਿਰ ਭਾਈ ਚੈਲੰਜ ਕਰਨਾ, ਤੁਸੀਂ ਰਹਿਣਾ ਕਿ ਨਹੀਂ ਦੱਸੋ, ਬਸ ਪੁੱਛਣਾ ਤੁਹਾਡੇ ਕੋਲ ਤੁਸੀਂ ਰਹਿਣਾ ਕਿ ਨਹੀਂ। ਮੁੰਜੀ ਦਾ ਕੀਤਾ ਜਵਾਨ ਲਾਉਣ ਲੱਗ ਪਈ, ਟਾਈਮ ਹੋ ਗਿਆ ਰਾਤ ਦੇ 7:30, ਹਨੇਰਾ ਹੋ ਗਿਆ ਤੇ ਚੈਲੰਜ ਹੋਣ ਗਿਆ ਆਪਣਾ ਸਟਾਰਟ। ਮੈਂ ਤੇ ਭੱਟੀ ਬਿਲਕੁਲ ਰੈਡੀ ਹਾਂ, ਹੁਣ ਮੁੰਡਿਆਂ 2 ਦਿਨਾਂ ਨੂੰ ਪੁੱਛਣਾ ਜਾਣਾ ਕਿ ਨਹੀਂ ਨਾਲ, ਸਾਰੀ ਰਾਤ ਤੇ ਤੁਹਾਨੂੰ ਪਤਾ ਬਸ ਮੈਂ ਟਿਕਣਾ। ਹਾਂ ਪਕੜ ਜਾਏਗਾ, ਹਾਂ ਹਾਂ ਮੈਂ ਨਿਕਲ ਜਾਣਾ ਪਿੰਡ, ਰਾਤ ਰਾਤ ਪਿੰਡ ਤੋੜ ਜਾਣਾ, ਉੱਥੇ ਨਹੀਂ ਜਾਣਾ ਪਿੰਡ ਤੋੜ ਜਾਣਾ, ਪਤਾ ਜੀ ਦੂਰ ਤੱਕ ਹੀ ਨਹੀਂ ਨਾ ਰਹੇਗੀ ਟਿੰਡ, ਟਿੰਡ ਭੱਜ ਜਾਣੀ ਉਹਦੇ ਉਂਝੋੜੇ ਕੋਈ ਆ ਜਾਣਾ, ਟਿੰਡ ਦਾ ਸੁਣ ਸੁਣ ਕੇ ਆ ਜਾਣਗੇ। ਸਭ ਤੋਂ ਪਹਿਲਾਂ ਸਾਰਾ ਸਮਾਨ ਇਕੱਠਾ ਕਰ ਲਿਆ, 8:00 ਟਾਈਮ ਹੋ ਗਿਆ, ਮੇਨ ਚੀਜ਼ ਉੱਥੇ ਕਬਾੜੀ, ਤੁਹਾਨੂੰ ਪਤਾ ਆਲੇ ਦੁਆਲੇ ਬਰਾਂਚ ਜਗ੍ਹਾ ਉੱਥੇ ਉਹ ਵੀ ਹੈ, ਅਬੂ ਜੀ ਹੋਰੀ ਉੱਥੇ ਬੜਾ ਰਹਿੰਦੇ ਹੁੰਦੇ ਹਨ, ਉਦੋਂ ਜ਼ਿਆਦਾ ਫਸਲ ਬੀਜਦੇ ਹੁੰਦੇ ਹਨ। ਹੁਣ ਨਾ ਅਸੀਂ ਜਾ ਰਹੇ ਹਾਂ ਕੁਛ ਸਮਾਨ ਸਮੂਨ ਲੈਣ ਨਾਲ ਦੇ ਸਟਾਫ 'ਤੇ, ਮੈਂ ਅਤੇ ਕਜ਼ਨ ਆਇਆ ਇੱਕ ਬਗਰ ਹੈ ਵੀ ਨਾਲ, ਚੈੱਕ ਕਰੋ ਜੀ ਕਲੀਨ ਉਹ ਸਤਾ ਜੀ, ਸਾਰਾ ਸਮਾਨ ਡਿਲਿਆ ਜਿੱਥੇ ਡਰਦੇ 6-7-8 ਜਣੇ ਜਾਂਦੇ ਨਾ, ਉੱਥੇ 3 ਜਣੇ ਚੱਲੇ ਹਾਂ, ਵੇਹਨੇ ਹਾਂ ਕੌਣ 3 ਹੀ ਅਤੇ ਵੀ ਨਾਲ ਹੀ, ਬਾਕੀ ਚੈੱਕ ਕਰੋ ਸਾਰਾ ਸਮਾਨ ਲੈ ਕੇ ਅਤੇ ਹੁਣ ਚੱਲੇ ਹਾਂ। ਹਾਏ ਹਾਏ ਕੀ ਸੀਨ ਹੈ ਚੰਨ ਦਾ, ਸਹੀ ਗੱਲ ਸੋਚ ਕੇ ਖੋਫ ਆਉਂਦਾ ਜਿੱਥੇ ਅਸੀਂ ਰਹਿਣ ਚੱਲੇ ਹਾਂ। ਨਹੀਂ ਅਸੀਂ ਹੁਣ ਮਾਮ ਨੇ ਜਗ੍ਹਾ ਬਾਈ, ਅਸੀਂ ਉੱਥੇ ਹੀ ਰਹਿਣਾ ਦੂਰ ਕੀਤੇ ਜੰਗਲਾਂ ਦੀ। ਹਾਏ 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 ਚੈੱਕ ਕਰੋ, ਹਾਏ ਹਾਏ ਆਵਾਜ਼ ਸੁਣੋ, ਹੈ
ਸਹੀ ਗੱਲ ਹਾਏ 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 ਬਾਬਾ ਜੀ ਇੱਥੇ ਤਾਂ ਪੀਟਰਾਂ ਦੀ ਆਵਾਜ਼ ਹੀ ਨਹੀਂ ਆਉਂਦੀ ਜੀ ਬਾਬਾ ਜੀ ਉਹ ਸਾਹਮਣੇ ਦਰਖਤ ਨਹੀਂ ਜਿਹੜੇ ਉਹ ਆਪਣਾ ਡੇਰਾ ਜਿਹੜਾ ਤੁਹਾਨੂੰ ਆਇਆ ਅਤੇ ਆਪਣੇ ਪਿੰਡ ਦੀਆਂ ਇਸ ਟਾਈਮ ਲਾਈਟਾਂ ਵੀ ਨਹੀਂ ਨਜ਼ਰ ਆ ਰਹੀਆਂ ਜਾ ਕੇ ਉਹ ਸਾਹਮਣੇ ਰੋਡ ਅਤੇ ਇੱਧਰ ਦੋਵਾਂ ਪਿੰਡਾਂ ਦੀਆਂ ਲਾਈਟਾਂ ਵੀ ਨਜ਼ਰ ਆ ਰਹੀਆਂ ਉਹ ਸਾਹਮਣੇ ਚੰਦਾ ਮਾਮੂ ਰਾਤ ਰਹਿਣ ਵਾਸਤੇ ਆ ਗਏ ਜੀ ਉਸ ਜਗ੍ਹਾ ਜਿਹੜੀ ਜਗ੍ਹਾ ਤੁਹਾਨੂੰ ਸੁਬਹ ਵਿਖਾਈ ਸੀ ਬੰਨਿਆਂ 'ਤੇ ਨਿਕਲਣ ਲੱਗੇ ਜੀ ਯਾਰ ਅੱਲਾ ਖੈਰ ਜੀ ਬੰਨੇ ਚੈਲੰਜ ਵਾਸਤੇ ਅਸੀਂ ਆ ਗਏ ਜੀ ਵੇਖੋ ਹੁਣ ਅੱਲਾ ਦੇ ਹਵਾਲੇ ਅਤੇ ਸਾਰੇ ਜਣੇ ਨਾਲ ਨਾਲ ਰਹਿਣਾ ਕਿਸੇ ਨੇ ਵੀ ਵਲੋਗ ਸਕਿੱਪ ਨਹੀਂ ਕਰਨਾ ਬੜਾ ਮਜ਼ਾ ਆਉਣ ਵਾਲਾ ਤਿੰਨ ਬੰਦੇ ਹਾਂ ਵੇਖੋ ਹੁਣ ਕੀ ਬਣਦਾ ਜੋ ਵੀ ਤੁਹਾਡੇ ਨਾਲ ਹੀ ਉਹ ਨਹੀਂ ਛੱਡ ਕੇ ਚੱਲਾਂ ਕੁਛ ਨਹੀਂ ਹੁੰਦਾ ਡਰੀ ਦਾ ਨਹੀਂ ਹਾਂ ਪੱਟੀ ਨੇ ਡੇਰੇ 'ਤੇ ਆ ਗਏ ਜੀ ਬਾਬਾ ਜੀ ਦਰਖਤਾਂ ਦੇ ਵਿੱਚ ਹਜੇ ਤਾਂ ਸ਼ੁਰੂ ਵੀ ਨਹੀਂ ਹੋਇਆ ਅਤੇ ਦਿਲ ਘਬਰਾਉਣ ਲੱਗ ਪਿਆ ਪਰ ਇਨਸ਼ਾਲਾ ਇਨਸ਼ਾਲਾ ਰਵਾਂਗਾ ਇਨਸ਼ਾਲਾ ਭਾਵੇਂ ਇਕੱਲਾ ਰਹਾਂ ਪੱਟੀ ਵੀ ਤੋੜ ਜੇ ਪੱਕੜ ਵੀ ਤੋੜ ਜੇ ਫਾਈਨਲੀ ਅਲਹਮਦੁਲਿਲਾ ਡੇਰੇ 'ਤੇ ਆ ਗਏ ਹਾਂ ਹਾਂ ਭਾਈ ਜੋੜੀ ਠੀਕ ਠਾਕ ਇੱਥੇ ਬਾਕੀ ਆਵਾਮ ਨੂੰ ਘਰ ਛੱਡ ਇੱਥੇ ਅਸੀਂ ਰਹਿਣ ਲੱਗੇ ਆਹੋ ਹਾਂਜੀ ਤੂੰ ਕਿੱਥੇ ਚੱਲਣਾ ਤੁਹਾਡੇ ਤੂੰ ਸਾਡੇ ਨਾਲ ਹੈ ਟੈਨਸ਼ਨ ਨਾ ਲੈ ਤੂੰ ਸਾਡੇ ਨਾਲ ਹੈ ਜੇ ਤੂੰ ਜਾਏਗਾ ਤੇ ਰਗੜਿਆ ਜਾਏਗਾ ਇੱਥੇ ਇੱਥੇ ਹੀ ਇਹ ਜੀ ਉਹ ਡੇਰਾ ਬਾਬਾ ਜੀ ਜਿਹੜਾ ਤੁਹਾਨੂੰ ਹੋਇਆ ਉਹ ਖਵਾਉਣ ਲਈ ਤੇ ਅਸੀਂ ਕੁਛ ਲੈ ਕੇ ਹੀ ਨਹੀਂ ਆਏ ਮਕਾਨੇ ਆ ਕਿਸੇ ਕੋਲ 8:36 ਹੋ ਗਏ ਨੇ ਫੜੀ ਯਾਰ ਅਤੇ ਅਲਹਮਦੁਲਿਲਾ ਡੇਰੇ ਆ ਗਏ ਜੇ ਅਤੇ ਡੇਰੇ ਆ ਕੇ ਅਤੇ ਬੋਰਡ ਜਿਹਾ ਬਿਸਤਰਾ ਇੱਥੇ ਰੱਖਿਆ ਅਤੇ ਬਸ ਤੁਹਾਡੀ ਦੁਆ ਦੀ ਜ਼ਰੂਰਤ ਹੈ ਤੂੰ ਰਹੇਗਾ ਨਾ ਸਾਡੇ ਨਾਲ ਇਸ ਚੈਲੰਜ ਕਿਉਂ ਅਗਲੇ ਚੈਲੰਜ ਹੈ ਅਗਲੇ ਚੈਲੰਜ ਬਜ਼ੁਰਗਾਂ ਤੁਹਾਡੀ ਦੁਆਵਾਂ ਦੇ ਨਾਲ ਇੱਥੇ ਰਹਾਂਗੇ ਬਟ ਸਾਹਿਬ ਐਤਲ ਕੁਰਸੀ ਪੜ੍ਹ ਲਓ ਠੀਕ ਹੋ ਗਿਆ ਐਤਲ ਕੁਰਸੀ ਪੜ੍ਹ ਲਿਆ ਬਗੜ ਅਤੇ ਇੱਥੇ ਫਿਰ ਆਪਣਾ ਸਟੇਅ ਕਰਨੇ ਬਾਬਾ ਜੀ ਸਭ ਤੋਂ ਪਹਿਲਾਂ ਜਿਹੜਾ ਨਹੀਂ ਇਹ ਬਹੁਤ ਜ਼ਰੂਰੀ ਹੁੰਦਾ ਪਿਆਜ਼ ਸੁਣਿਆ ਪਿਆਜ਼ ਜਿਹੜਾ ਹੁੰਦਾ ਨਾ ਪਿਆਜ਼ ਆਉਂਦੇ ਨੇ ਕਿੱਲੇ ਦੇ ਵਿੱਚ ਇਹਦੀ ਜਾਂ ਹੋਏ ਨਾ ਕਿੱਲੇ ਦੂਰ ਦੂਰ ਤੱਕ ਸੱਪ ਨਹੀਂ ਆਉਂਦਾ ਅਤੇ ਇਹ ਉਹ ਜਗ੍ਹਾ ਸੱਪਾਂ ਦਾ ਇੰਨਾ ਹਿਸਾਬ ਲਾ ਲਓ ਕਨਫਰਮ ਗੱਲ ਉਸ ਤੋਂ ਵੀ ਅੱਗੇ ਸਾਡਾ ਡੇਰਾ ਉੱਥੇ ਆਏ ਹਾਂ ਹੁਣ ਇੱਥੇ ਰਹਿਣਾ ਅਸੀਂ ਸਾਰੀ ਰਾਤ ਅਤੇ ਵੇਹਨੇ ਹਾਂ ਕੌਣ ਪਹਿਲਾਂ ਜਾਂਦਾ ਅਤੇ ਸਾਡੇ ਤਿੰਨਾਂ 'ਚੋਂ ਜਿਹੜਾ ਪਹਿਲਾਂ ਜਾਏਗਾ ਨਾਮ ਰੱਖ ਨਾਮ ਜਿਹੜਾ ਐਂਡ 'ਚ ਅਤੇ ਸਭ ਤੋਂ ਪਹਿਲੀ ਗੱਲ ਸਾਡੇ ਤਿੰਨਾਂ 'ਚੋਂ ਜਿਹੜਾ ਸਭ ਤੋਂ ਐਂਡ 'ਤੇ ਗਿਆ ਨਾ ਉਹਨੂੰ ਲੱਭੇਗਾ ਬਾਬਾ ਜੀ 5,000 ਰੁਪਏ ਠੀਕ ਆਉਂਦਾ ਪਿਆ ਮੈਂ ਤੁਰ ਚੱਲ ਤੂੰ ਤੇ ਮੈਂ ਫਿਰ ਤੇਰੇ ਤੋਂ ਵੀ ਬਾਅਦ ਚ ਜਾਣਾ ਪੱਟੀ ਹੈ ਕਿੱਥੇ ਆ ਗਈ ਆ ਗੱਡੀਆਂ ਆ ਗਈਆਂ ਜੀ ਸਾਡੀ ਜਿਹੜਾ ਨੀ ਕੰਬਲ ਬਣਾ ਕਰ 9:25 ਹੋ ਗਏ ਨੇ ਅਤੇ ਐਨ ਜੀ ਬਹਿ ਕੇ ਮੋਬਾਇਲ ਮੋਬੂਲ ਹੀ ਚਲਾਇਆ ਵੱਲਾ ਲੱਗਦਾ ਸੀ ਕਿ ਇੱਥੇ ਆਵਾਂਗੇ ਖੇਤਾਂ 'ਚ ਆ ਕੇ ਸਾਡੇ ਚਵਾਂ ਆਲੇ ਦੁਆਲੇ ਪਾਣੀ ਹੈ ਕੱਦ ਸ਼ੱਦ ਹੋਏ ਨੇ ਦਰਖਤ ਨੇ ਦਰਖਤਾਂ ਦੇ ਥੱਲੇ ਆ ਅਸੀਂ ਤੁਹਾਨੂੰ ਪਤਾ ਅਤੇ ਗਰਮੀ ਨਹੀਂ ਲੱਗੇਗੀ ਅਤੇ ਪਸੀਨਾ ਚੈੱਕ ਕਰੋ ਗਰਮੀ ਲੱਗਣ ਲੱਗ ਪਈ ਬਹੁਤ ਜ਼ਿਆਦਾ ਇਹ ਕਿਹੜੀ ਚੀਜ਼ ਅੱਛਾ ਡੱਡੂ ਖੁਸ਼ ਅੱਛਾ ਇੱਥੇ ਕੀੜੇ ਤਾਂ ਆਮ ਨੇ ਕਿੱਥੇ ਗਏ ਕੀੜੇ ਇੱਥੇ ਆਮ ਨੇ
ਮੈਂ ਕਿਹਾ ਮੇਰੇ ਲਈ ਅੱਜ ਥੋੜੀ ਦੇਰ ਰੁਕ ਜਾ, ਤਿਰਲੇ ਪਹਾੜਨ ਲੱਗਾ ਕਿ ਮੈਨੂੰ ਜਾਣ ਦੋ। ਭਲਾ ਕੀ ਇਹਨੂੰ ਆਇਆ ਪੋਟੀ ਆਈ, ਐਸੀ ਕੋਈ ਬਾਤ ਨਹੀਂ ਹੈ ਯਾਰ, ਇਹ ਦੇਖੋ ਬੈਠਾ ਵੀ ਹੋ ਸਹੀ। ਚੰਨ ਡੁੱਬ ਗਿਆ ਤੇ ਅਜੇ ਤੱਕ ਤਿੰਨ ਬੰਦੇ ਅਸੀਂ ਇੱਥੇ ਹੀ ਹਾਂ। ਬੱਕਰ ਤੇ ਪਹਿਲਾਂ ਹੀ ਕਹਿ ਰਿਹਾ ਮੈਂ ਜਾਣੇ ਜਾਣਾ, ਭਾਵੇਂ ਥੋੜ੍ਹੀ ਦੇਰ ਤੱਕ ਜਾਵਾਂ। ਵੇਖੋ ਥੱਲੇ ਲੰਮੇ ਨਹੀਂ ਪੈਂਦਾ ਪਿਆ, ਗਰਮੀ ਬਹੁਤ ਜ਼ਿਆਦਾ ਜਿਹਦੀ ਵਜ੍ਹਾ ਤੋਂ ਕੋਈ ਪੀਟਰ ਲਾਗੇ ਨਹੀਂ ਚੱਲਿਆ, ਦੂਰ ਜਾ ਕੇ ਤੇ ਚੱਲਿਆ। 10:30 10:30 ਹੋ ਗਏ ਨੇ ਤੇ ਚੰਨ ਜਿਹੜਾ ਨਹੀਂ ਲੱਭ ਨੂੰ ਗਿਆ। ਕੀੜੇ ਵੇਖੋ ਕਿੰਜ ਚੜ ਗਏ ਕੰਬਲਾਂ ਪਰਾਂ ਸੁੱਟੂ। ਭੱਟੀ ਰਹਿੰਦਾ ਪਿਆ ਗੰਢਿਆਂ ਦੇ ਕੋਲ ਤੇ ਬੱਕਰ ਰਹਿ ਰਿਹਾ ਕੁਹਾੜੀ ਦੇ ਲਾਗੇ ਲਾਗੇ। ਗਿੱਦਰਾਂ ਦੀ ਆਵਾਜ਼ ਕਦੀ ਇਧਰੋਂ ਆਉਂਦੀ ਤੇ ਕਦੀ ਇਧਰੋਂ ਆਉਂਦੀ। ਇੱਕ ਰੋਡ ਵੱਲੋਂ ਨੀ ਆ ਰਹੀ, ਮਤਲਬ ਰੋਡ ਅੱਧਾ ਕਿਲੋਮੀਟਰ ਇੱਧਰ ਰੋਡ ਹੈ ਅਤੇ ਪਿੰਡ ਇੱਕ ਕਿਲੋਮੀਟਰ ਤੋਂ ਜ਼ਿਆਦਾ, ਅੱਧਾ ਕਿਲੋਮੀਟਰ ਅੱਗੇ 1 ਕਿਲੋਮੀਟਰ ਸਾਡੇ ਪਿੰਡ ਵਾਲਾ ਦਰਬਾਰ ਹੈ। ਅਤੇ ਆਵਾਜ਼ ਸੁਣਿਓ, ਗੌਰ ਕਰਿਓ, ਇਹ ਨਹੀਂ ਮੈਂਡਕ ਦੀ ਨਹੀਂ, ਇਹ ਹੋਰ ਆਵਾਜ਼ ਸੁਣੀ। ਇਨਸ਼ਾਲਾ ਗਿੱਦਰਾਂ ਦਾ ਕੋਈ ਡਰ ਨਹੀਂ, ਇਹ ਨਾਲ ਚੜ੍ਹੀ ਤੁਹਾਨੂੰ ਸੁਬਹਾ ਵਹਾਈ ਸੀ, ਇਹਦੇ ਵਿੱਚ ਹੋ ਵੀ ਸਕਦੇ ਨੇ। ਇੱਥੇ ਇਹੋ ਇੱਕੋ ਹੀ ਲਈਓ ਅਤੇ ਇੱਕ ਆਸਰਾ ਆਇਆ ਆਪਣਾ। ਬਹੁਤ ਜੀ ਗਿੱਦਰਾਂ ਦੀ ਆਵਾਜ਼ ਫੁੱਲ ਕਲੋਜ਼ ਤੋਂ ਆਉਣ ਲੱਗ ਪਈ, ਇੰਝ ਜਿਵੇਂ ਨਾਲ ਨਾਲ ਹੀ ਨੇ। ਇੱਧਰੋਂ ਵੀ ਤਿੰਨਾਂ ਸਾਈਡਾਂ ਤੋਂ ਆ ਰਹੀ ਆਵਾਜ਼, ਬਸ ਪਿੰਡ ਵਾਲੀ ਸਾਈਡ ਤੋਂ ਨਹੀਂ ਆ ਰਹੀ, ਸੀਨੇ ਛਡਾ ਰਹੇ ਨੇ। ਬਾਬਾ ਜੀ ਮੈਂ ਚਾਹੁੰਦਾ ਤਾਂ ਨਹੀਂ ਸੀ ਹੈ ਪਰ ਹੋ ਗਿਆ। ਅਬੂ ਬਕਰ ਬੜੇ ਕਹਿਣ ਤੋਂ ਬਾਅਦ ਬਾਵਜੂਦ ਨਹੀਂ ਮੁੜ ਰਿਹਾ ਯਾਰ, ਤੁਹਾਨੂੰ ਛੱਡਣ ਆਇਆ ਹੁਣ 2 ਵਜੇ 2 ਐਵੇਂ ਵੱਜਾਂ ਨੇ 2 ਵਜੇ ਤੋਂ ਬਾਅਦ ਛੱਡਣ ਆਇਆ ਅਸੀਂ ਜਿਹੜਾ ਨੇ ਫਜਰ ਦੀ ਜਾਣ ਤੋਂ ਬਾਅਦ ਜਾਣਾ ਅਤੇ ਅੱਖਾਂ ਚੈੱਕ ਕਰੋ ਨੀਂਦ ਕਿਵੇਂ ਜਾਣ ਲੱਗ ਪਈ ਉੱਥੇ ਬਹਿ ਕੇ। ਅਤੇ ਹੁਣ ਤੁਹਾਨੂੰ ਇਹ ਟਾਈਮ ਹੁਣ ਥੋੜ੍ਹਾ ਜਿਹਾ ਵੀਡੀਓ ਬਣਾਉਣ ਦਾ ਬਹਾਨੇ ਆ, ਹਿਸਾਬ ਹੈ ਇੱਥੇ ਇਨਸ਼ਾਲਾ ਜੋ ਵੀ ਹੋਇਆ ਤੁਹਾਡੇ ਨਾਲ ਸ਼ੇਅਰ ਕਰਾਂਗਾ। ਗੁਡੇਰੇ ਤੋਂ ਇਹਨੂੰ ਕਹਿੰਦਾ ਆਇਆ ਵਾਂ ਕਿ ਨਾ ਜਾ, ਆਉਂਦਾ ਮੈਂ ਸੁਬਹਾ ਪਿੰਡ ਜਾਣਾ, ਮੇਰੇ ਕੋਲ ਨੀਂਦਰ 'ਚ ਗੱਡੀ ਨਹੀਂ ਚੱਲਦੀ ਇਹ ਵੋ, ਚੱਲ ਆ ਯਾਰ। ਉਹ ਜਿਹੜੀਆਂ ਚੀਜ਼ਾਂ ਮੰਗਾਈਆਂ ਉਹ ਤਾਂ ਖਾ, ਜਿਹੜੀਆਂ ਚੀਜ਼ਾਂ ਮੰਗਾਈਆਂ ਉਹ ਤਾਂ ਖਾ। ਅਸੀਂ ਤਾਂ ਡਰਨਾ ਹੀ ਹਾਂ ਬਟ ਬੱਕਰ ਐਂਡ ਕਰੀ ਯਾਰ। ਚੱਲ ਠੀਕ ਹੈ ਫਿਰ ਤੂੰ ਜਾ, ਰੋਣ ਕਿਉਂ ਲੱਗ ਪਿਆ? ਚੱਲ ਠੀਕ, ਬੰਦੇ ਰਹਿ ਗਏ ਜੀ ਬਾਬਾ ਜੀ ਅਸੀਂ ਦੋ, ਮੈਂ ਅਤੇ ਪੱਟੀ ਬਸ, ਅਤੇ ਟਾਈਮ ਵੀ ਕਾਫੀ ਜ਼ਿਆਦਾ ਹੋ ਗਿਆ ਉਹ ਜਾ ਰਿਹਾ। ਬਾਕੀ ਵੇਹਨੇ ਆ ਜੋ ਵੀ ਅੱਲਾ ਨੂੰ ਮਨਜ਼ੂਰ, ਅੱਲਾ ਦੇ ਪਾਲੇ। ਇਹ ਜੀ ਖਾਣ ਪੀਣ ਲਈ ਸਮਾਨ ਮੰਗਾਇਆ ਜੀ ਇੱਥੇ ਰਹਿਣ ਲਈ, ਸੁਬਹਾ ਜਾਣਾ ਤੋਂ ਬਾਅਦ ਹੀ ਨਿਕਲਾਂ। 11:40 ਹੋਏ ਨੇ ਅਜੇ, ਇੰਨੇ ਜ਼ਿਆਦਾ ਨਹੀਂ ਹੋਏ। ਉਹ ਬੰਦੇ ਆ ਸਕੂਨ ਨੱਚੇ ਲਮੋਲ, ਯਕੀਨ ਕਰੋ ਕੋਈ ਸ਼ੋਰ ਨਹੀਂ ਦੁਨੀਆਂ ਤੋਂ, ਇੱਕ ਲਹਿਦਾ ਹੀ ਚੀਜ਼। ਸਬਸਕ੍ਰਾਈਬ ਨਾ ਕੜੇ ਦਿਲ ਤੇ ਟੁੱਟਦਾ ਨਾ ਕੀ ਵਾਮ, ਸਬਸਕ੍ਰਾਈਬ ਨਾ ਕੜੇ ਦਿਲ ਤੇ ਟੁੱਟਦਾ ਨਾ ਯਾਰ। ਨਹੀਂ ਨਹੀਂ ਸਬਸਕ੍ਰਾਈਬ ਵਾਲਾ ਗਿਲਾ ਇਹਦਾ ਲਾ ਦੇ। ਫੁੱਲ ਸ਼ਾਂਤੀ ਪ੍ਰੋਗਰਾਮ ਵੜ ਗਿਆ, ਜਿਹੜੀ ਜਗ੍ਹਾ ਬੈਠੇ ਆ ਨਾ ਐਵੇਂ ਆਪਣੀ ਰੋਈ, ਮਤਲਬ ਕਿ ਸਾਰਿਆਂ ਦੇ ਪਹਿਲਾਂ ਜ਼ਮੀਨਾਂ ਦੇ ਵਿੱਚ ਫੁੱਲ ਰੋਈ 'ਚ ਬੈਠੇ ਆ। ਪਸੀਨਾ ਵੇਖੋ ਗਰਮੀ, ਮੈਨੂੰ ਇਹ ਜਿਉਂ ਜਿਉਂ ਲੇਟ ਹੋਵਾਂ ਗਰਮੀ ਘੱਟ ਲੱਗੇ, 12:30 ਦਾ ਟਾਈਮ ਹੈ। ਆਵਾਜ਼ਾਂ ਸੁਣੋ ਕੀੜਿਆਂ ਨੇ, 12:22 ਹੋਏ ਨੇ ਅਤੇ ਬਾਵੇ ਉਹ ਪੱਟੀ ਉਹ ਰੋਡ ਦੇ ਉੱਤੇ ਨਾ
ਕਲੋ ਗੱਡੀਆਂ ਦੇ ਦਿਵਾਨਾ ਰੋਡ ਉੱਥੇ ਐਨਕ ਦੇ ਵਿੱਚ ਉਹਦੇ ਲੱਭਦਾ ਘੱਟ ਕੋਈ ਹੋਇਆ ਜੀ ਐਂਜੀ ਐਂਜੀ ਆ ਵੇਖ ਬਿਲਕੁਲ ਐਂਜੀ ਆ ਵੇਖ ਮੈਂ ਦੱਸਦਾ ਕੋਈ ਹੋਇਆ ਜੀ ਵੀਕ ਲੱਗਦੀ ਹੈ ਉਹ ਵੇਖੋ ਕਿੰਨੀ ਦੂਰ ਰੋਡ ਪੱਟੀ ਨੂੰ ਲੱਗਦਾ ਲਾਗੇ ਟਾਈਮ ਜਿਹੜਾ ਨੀ ਭਾਅ ਜੀ 47 ਮਿੰਟ ਹੋ ਗਏ ਨੇ ਬਾਰਾਂ ਵੱਜ ਕੇ 56 ਮਿੰਟ ਹੋ ਗਏ ਨੇ ਤੇ ਤੁਹਾਡਾ ਬੜਾ ਲਾਈਵ ਆ ਗਿਆ ਟਿਕਟਾਕ ਤੇ ਆਇਓ ਜਿੰਨੇ ਜਿੰਨੇ ਆਣੇ ਤੇ ਪੱਟੀ ਸਾਹਿਬ ਜਿਹੜਾ ਨੀ ਸੌਂ ਚੱਲੇ ਜੀ ਆਹੀ ਕਹਿੰਦਾ ਵਾ ਪਿਆ ਕਿ ਜਿਹੜਾ ਨੀ ਜਿਹੜੀ ਹੈ ਥੋੜ੍ਹਾ ਜਿਹਾ 2-3 ਘੰਟੇ ਜਾ ਕੇ ਕੱਢ ਲੈਂਦੇ ਹਾਂ ਜੇ ਸੌਂ ਗਏ ਤੇ ਫਿਰ ਲੇਟ ਹੋ ਜਾਣਾ ਸੋ ਚੱਲਾਂ ਸੌਂਦਾ ਜਲਦੀ ਪੱਟੀ ਸਾਹਿਬ ਸੌ ਗਏ ਵੀਡੀਓ ਦੇ ਵਿੱਚ ਮੋਹਨ ਭਾਈ ਟਾਈਮ ਕੀ ਹੋਇਆ ਹਾਂ 1:42 ਵੇਖ ਲਓ ਸਾਡਾ ਟਾਈਮ ਵੀ ਦੱਸ ਲਓ ਇਹਨਾਂ ਨੂੰ ਸਹੀ ਜੀ ਪੱਟੀ ਸਾਹਿਬ ਹੋਰੀ ਉੱਠ ਕੇ ਵੇਖੋ ਕੈਨ ਪੀ ਲਾ ਕੀ ਹੋਏ ਵੇਖ ਲੈ ਜਾਫਾ ਤੂੰ ਧੋਖਾ ਦਿੱਤਾ ਤੂੰ ਮੇਰੇ ਨਾਲ ਆਇਆ ਨਹੀਂ ਯਾਰ ਆਈ ਬਾਬਾ ਤੂੰ ਵੇਖ ਲੈ ਧੋਖਾ ਕਰ ਛੱਡਿਆ ਯਾਰ ਹੁਣ ਮੈਂ ਵੇ 2:30 ਹੋ ਗਏ ਤੇ ਪੱਟੀ ਤੇ ਬਾਰ ਬਾਰ ਸੋਈ ਜਾਂਦਾ ਸੋਈ ਕਿੱਥੇ ਜਾਂਦਾ ਨੀਂਦ ਉਡਾਉਂਦੀ ਆ ਤੇ ਕੀੜੀਆਂ ਚੀੜੀਆਂ ਕਾਫੀ ਜ਼ਿਆਦਾ ਤੇ ਮੈਂ ਪਹਿਲਾਂ ਲਾਈਵ ਬੈਠਾ ਹਾਂ ਲਾਈਵ ਤੇ ਇਹ ਹੁੰਦਾ ਆਪਣੇ ਪਰਦੇਸੀਆਂ ਦੇ ਨਾਲ ਗੱਪ ਸ਼ੱਪ ਹੋਈ ਜਾਂਦੀ ਕਾਫੀ ਜ਼ਿਆਦਾ ਲੱਗ ਗਈ ਕੁਛ ਖਾ ਪੀ ਰਿਹਾ ਨੀਂਦ ਬਹੁਤ ਹੀ ਜ਼ਿਆਦਾ ਆ ਰਹੀ ਬਹੁਤ ਜ਼ਿਆਦਾ ਨੀਂਦ ਆ ਰਹੀ ਕਿੱਧਰ ਆ ਹੁਣ ਲੱਗ ਗਈ ਜਿਹੜੀ ਸੁਬਹਾ ਚੜੀ ਹੋਈ ਸੀ ਉਹ ਇਹਦੇ ਚੋਂ ਨਿਕਲਣਾ ਸੀ ਇਹਨਾਂ ਨੇ ਸਾਡੀ ਵਜ੍ਹਾ ਤੋਂ ਅਸੀਂ ਲੋ ਬਾਲੀ ਸੀ ਸੁੱਤੇ ਹੀ ਆਈਏ ਬੰਦ ਕਰਨ ਲਈ ਅਤੇ ਅੱਗ ਗਈ ਤਿੰਨਾਂ ਸਾਈਡਾਂ ਤੋਂ ਗਿੱਦੜਾਂ ਦੀ ਆਵਾਜ਼ ਆਉਣ ਲੱਗ ਪਈ ਇਕਦਮ ਲਾਈਟ ਬੰਦ ਕਰਕੇ ਸੌਣ ਹੀ ਲੱਗਾ ਹਾਂ ਅਤੇ ਚਮਾਂ ਪਾਸੋਂ ਗਿੱਦੜਾਂ ਦੀ ਆਵਾਜ਼ ਆਈ ਪਿੰਡ ਵਾਲੀ ਸਾਈਡ 'ਤੇ ਵੀ ਨੇ ਅੱਗੇ 3:25 ਹੋ ਗਏ ਜੀ ਅਤੇ ਸੁੱਤੇ ਤਾਂ ਨਹੀਂ ਜੇ ਅੱਖ ਲੱਗਣ ਵੀ ਲੱਗਦੀ ਸੀ ਨਾ ਤੁਹਾਨੂੰ ਪਤਾ 3 ਵਜੇ ਤੱਕ ਤਾਂ ਹੁਣ ਜੀ ਆ 5 ਮਿੰਟਾਂ 'ਚ ਆ ਕੇ ਲੇਟਿਆ ਵਾ ਥੋੜ੍ਹਾ ਅਤੇ ਅਜ਼ਾਨਾ ਫਜਰ ਦੀ ਅਜ਼ਾਨਾ ਹੋਣ ਲੱਗ ਪਈਆਂ ਬਹੁਤ ਕੀੜੇ ਲੜੇ ਨੇ ਬਾਬਾ ਜੀ ਪਤਾ ਨਹੀਂ ਕਿਹੜਾ ਕਿਹੜਾ ਕੀੜਾ ਲੜ ਗਿਆ ਇੱਥੇ ਜਦੋਂ ਕੋਈ ਥੋੜ੍ਹੀ ਜਿਹੀ ਅੱਖ ਲੱਗਣ ਲੱਗਦੀ ਕੀੜੇ ਲੜ ਜਾਂਦੇ ਚੈੱਕ ਕਰੋ ਮੋਲ ਅਜ਼ਾਨ ਦੀ ਆਵਾਜ਼ ਸੁਣੋ ਅਜ਼ਾਨਾ ਹੋਣ ਲੱਗ ਪਈਆਂ ਜੀ 4:01 ਹੋ ਗਏ ਨੇ ਸਰਗੀ ਦੇ ਅਲਹਮਦੁਲਿਲਾ ਆਪਣਾ ਨਾਈਟ ਸਟੇ ਕਰਨ ਵਾਲਾ ਜਿਹੜਾ ਚੈਲੰਜ ਸੀ ਨਾ ਇੱਥੇ ਜਿੱਥੇ ਸਾਰੇ ਡਰਦੇ ਹਨ ਦਿਨ ਚੜ੍ਹਨ ਲੱਗ ਪਿਆ ਹੋਰ ਗੱਲਾਂ ਦੀਆਂ ਗੱਲਾਂ ਅੱਜ ਜਿਹੜਾ ਨੇ ਕੀੜਿਆਂ ਨੇ ਸਹੀ ਸਾਡੇ ਖੂਨ ਦੀ ਚੱਸ ਲਈ ਚੱਲ ਬਈ ਪੱਟੀ ਬੰਨ ਬੋਰੀ ਵੀ ਸਰ ਖਾਣ ਵਾਲੀਆਂ ਵੀ ਕੁਛ ਚੀਜ਼ਾਂ ਬਚ ਗਈਆਂ ਜੀ ਐਲਾ ਫੜ ਖਾ ਲਈ ਬਾਅਦ 'ਚ ਬਹਿ ਕੇ ਬਸ ਸਭ ਤੋਂ ਮੇਨ ਚੀਜ਼ ਆਪਣੀ ਜ਼ਾਰ ਦਾ ਇਸਤੇਮਾਲ ਕਰਨਾ ਨਹੀਂ ਪਿਆ ਪਰ ਫਿਰ ਵੀ ਹੁਣ ਇਹਦਾ ਜ਼ਰੂਰੀ ਸੀ ਸਾਡੇ ਨਾਲ ਹਾਂ ਬੱਟੀ ਐਡਵੈਂਚਰ ਕਰਿਆ ਕਰੋ ਥੋੜਾ ਜਿਹਾ ਲਾਈਫ ਦੇ ਵਿੱਚ ਮਜ਼ਾ ਆਉਂਦਾ
ਤੇ ਡਰਿਆ ਨਾ ਕਰੋ, ਡਰੋ ਬਸ ਅੱਲਾ ਕੋਲੋਂ। ਪਤਾ ਜੇ ਐਂ ਜਾਂਦੇ ਹੁੰਦੇ ਸਨ ਪੁਰਾਣੇ ਜ਼ਮਾਨੇ ਦੇ ਵਿੱਚ, ਇਹ ਇੰਜ ਰੱਖਿਆ ਹੁੰਦਾ ਸੀ। ਇਹ ਜਗ੍ਹਾ ਜੀ ਬਾਬਾ ਜੀ ਤੇ ਜਿਹੜੀ ਚੈੱਕ ਕਰੋ ਹਾਲਤ, ਚੈੱਕ ਕਰੋ ਤਰੇਲ। ਦਿਨ ਚੜ੍ਹਨ ਲੱਗ ਪਿਆ, ਤੁਹਾਨੂੰ ਜਾੜੇ ਜੀ ਵਾਪਸ। ਥੋੜ੍ਹੀ ਦੇਰ ਤੱਕ ਤਕਰੀਬਨ 20 ਮਿੰਟ ਤੱਕ ਇੱਥੇ ਵਾਂ ਪਨੀਰੀ ਸ਼ਨੀਰੀ ਪੁੱਟਣ ਆਈ ਜਾਂਦਾ, ਮੁੰਜੀਆਂ ਲੱਗ ਰਹੀਆਂ ਤੁਹਾਨੂੰ ਪਤਾ। ਅਲਹਮਦੁਲਿਲਾ ਜੀ ਅਲਹਮਦੁਲਿਲਾ, ਮਜ਼ਾ ਆ ਗਿਆ ਮੈਂ ਨਾਲ। ਕੀੜੇ ਜਿਹੜੇ ਲੜੇ ਨੇ ਉਹਨਾਂ ਦੀ ਚੈਸ ਆਈ ਹੈ ਬੜੀ। ਬਿਲਕੁਲ ਹਾਏ ਹਾਏ ਹਾਏ, ਇਹਨੂੰ ਪੜਾਂ ਗਾਸ ਲੈ, ਇਹਨੂੰ ਪੜਾਂ ਮੁੰਜੀ ਲਾਉਣ ਤੁਰ ਚੱਲੇ ਹੋ ਜੀ। ਕਿਆ ਬਾਤ ਜੀ, ਕਿਆ ਬਾਤ, ਵਾਮ ਸੁਬਾਹ ਸੁਬਾਹ ਮੁੰਜੀ ਲਾਉਣ ਤੁਰ ਚੱਲੀ। ਅਲਹਮਦੁਲਿਲਾ ਜੀ 5 ਵਜੇ ਆਪਣੇ ਘਰ ਪਹੁੰਚ ਗਏ ਜੀ। ਲੈ ਭੱਟੀ ਜਾ ਕੇ ਰੈਸਟ ਕਰ, ਮਜ਼ਾ ਆਇਆ ਨਾ। ਓਕੇ ਸਰ, ਚੱਲ ਆਈ ਅੰਦਰ, ਹੋਰ ਤਾਂ ਤੂੰ ਕਿਸੇ ਕੰਮ ਆਈ ਨੀ। ਲਾਓ ਜੀ ਆ ਕੇ, ਸਭ ਤੋਂ ਪਹਿਲਾਂ ਨਹਾ ਸ਼ਾ ਕੇ ਫਰੈਸ਼ ਹੋਇਆ ਕਿ ਨੀਂਦ ਮਜ਼ੇ ਦੀ ਆਏ। ਅਤੇ ਕੈਸਾ ਲੱਗਿਆ ਜਿਹੜਾ ਨਹੀਂ ਚੈਲੰਜ ਕਮੈਂਟ ਕਰਕੇ ਜ਼ਰੂਰ ਦੱਸਿਓ, ਹੁਣ ਸੌ ਕੇ ਉੱਠ ਕੇ ਮਿਲਣਾ। ਬਾਕੀ ਚੈਲੰਜ ਕੈਸਾ ਲੱਗਿਆ ਕਮੈਂਟ ਕਰਕੇ ਦੱਸਿਓ, ਅਤੇ ਅੱਗੋਂ ਦੱਸਿਓ ਕਿਹੜਾ ਚੈਲੰਜ ਕਿਹੜਾ ਬਣਾਇਆ, ਕਿ ਇੰਨਾ ਵਲਾਗ ਆਏ। ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਜਿੰਨੀ ਵੀ ਯੂਟਿਊਬ ਫੈਮਿਲੀ ਹੈ। ਅਤੇ ਹੁਣ ਮਿਲਾਂਗੇ ਇਨਸ਼ਾਅੱਲਾ ਕੱਲ੍ਹ, ਤੁਹਾਨੂੰ ਨੈਕਸਟ ਵਲਾਗ ਚੱਲਾ। ਫਿਰ ਦੁਆਵਾਂ ਕਿ ਯਾਦ ਰੱਖਿਓ, ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ।